मोगा में बार एसोसिएशन को लेकर वोटिंग की गई है, जिसमें पूर्व बार एसोसिएशन के प्रधान सुनील गर्ग और बरिंदर पाल सिंह रतिया को कड़ा मुकाबला देखने को मिला है। बता दें कि प्रेसिडेंट, वाइस प्रेसिडेंट, फाइनेंस सेक्रेटरी और ज्वाइंट सेक्रेटरी के लिए 480 वकील वोट डाले। सेक्रेटरी के लिए पहले से ही चुनाव हो चुका है। आज पूरे पंजाब में बार एसोसिएशन के लिए चुनाव के लिए वोटिंग वकीलों द्वारा की गई। ਜਿਹੜੇ ਕਿ 3:30 ਵਜੇ ਤਾਂ ਇਲੈਕਸ਼ਨ ਹੋਊਗੀ ਸਾਰੀ, 10 ਵਜੇ ਸਟਾਰਟ ਹੋਈ ਸੀਗੀ। ਹੁਣ ਤਾਂ ਹੀ 100 ਵੋਟਾਂ ਆਪ ਉੱਤ ਚੁੱਕੀਆਂ ਹੈਗੀਆਂ, ਬੜਾ ਸਮੂਥਲੀ ਚੱਲ ਰਿਹਾ। ਇਹ ਸਾਡਾ ਪਰਿਵਾਰਕ ਇਲੈਕਸ਼ਨ ਹੁੰਦੀ ਹੈ, ਕੋਈ ਇਹਦੇ ਵਿੱਚ ਕੋਈ ਵਾਲੀ ਗੱਲਬਾਤ ਨਹੀਂ ਹੁੰਦੀ ਗੀ, ਅਤੇ ਚੱਲ ਰਿਹਾ ਸਮੂਥਲੀ ਚੱਲ ਰਿਹਾ। ਅਤੇ ਇਹ 4 ਪੋਸਟਾਂ ਵਾਸਤੇ ਹੈ, ਜਿਹੜਾ ਸੈਕਟਰੀ ਸਾਹਿਬ ਅਤੇ ਲਾਇਬ੍ਰੇਰੀਅਨ ਹੈ ਉਹ ਯੂਨਾਨੀਮਸ ਹੋ ਗਏ ਹੈ, ਉਹਨਾਂ ਦੇ ਮੁਕਾਬਲੇ 'ਤੇ ਕੋਈ ਆਇਆ ਨੀਗਾ। ਅਤੇ ਪ੍ਰਧਾਨਗੀ ਵਾਸਤੇ ਹੈ, ਵਾਈਸ ਪ੍ਰੈਜੀਡੈਂਟ ਵਾਸਤੇ ਹੈ। ਬਾਕੀ ਜਿਹੜਾ ਹੈਗਾ 3:30 ਵਜੇ ਤੱਕ ਜਿਹੜੀ ਹੈਗੀ ਹੈ ਚੋਣ ਦਾ ਜਿਹੜਾ ਹੈਗਾ ਟਾਈਮ ਬੰਦ ਹੋ ਜਾਊਗਾ, ਉਸ ਤੋਂ ਬਾਅਦ ਅਕਾਊਂਟਿੰਗ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਤੱਕ ਰਿਜ਼ਲਟ ਆ ਜਾਊਗਾ। ਅਤੇ ਕਿੰਨੀ ਵੋਟਿੰਗ ਹੈ ਜਿਹੜੀ ਤੁਹਾਡੀ ਇੱਥੇ? ਇਹ 455 ਵੋਟ ਹੈ। ਕਿੰਨੇ ਕੈਂਡੀਡੇਟ? ਕੈਂਡੀਡੇਟ ਜਿਹੜੇ ਹੈਗੇ ਆ ਹਰ ਸੀਟ ਦੇ ਉੱਤੇ 2-2 ਨੇ। ਸੈਕਟਰੀ ਜਿਹੜੇ ਹੈਗੇ ਆਲਰੇਡੀ ਯੂਨੀਵਰਸਿਟੀ ਬਣ ਚੁੱਕੇ ਨੇ। ਟੋਟਲ ਕਿੰਨੀਆਂ ਸੀਟਾਂ? ਟੋਟਲ ਸੀਟਾਂ 1 ਪ੍ਰੈਜੀਡੈਂਟ ਦੀ ਹੈ। ਸਰ ਬਹੁਤ ਅਜ਼ੀਜ਼ ਲੱਗਿਆ, ਹਾਂਜੀ ਹਾਂਜੀ, ਅੱਛਾ ਲੱਗਾ। ਸਭ ਨੂੰ ਰਾਈਟ ਹੈ, ਸਭ ਦਾ ਇਹ ਹਰ ਸਾਲ ਹੁੰਦਾ ਹੈ, ਅਤੇ ਸਭ ਨੂੰ ਜੋ ਲੱਗਦਾ ਉਹਨਾਂ ਦੇ ਅਕੋਰਡਿੰਗ ਉਹ ਪਾਈ ਦਿੰਦੇ। ਹਾਂਜੀ, ਇਹ ਕਿ ਜੋ ਉਹਨਾਂ ਦੀ ਡਿਊਟੀਜ਼ ਹੈ, ਰਿਸਪੋਂਸੀਬਿਲਿਟੀਜ਼ ਹੈ, ਉਹ ਅੱਛੀ ਤਰ੍ਹਾਂ ਕਰਨ। ਅੱਜ ਇਲੈਕਸ਼ਨ ਚੱਲ ਰਿਹਾ, ਰਿਸਪੈਕਟਿਵ ਮਾਰ ਮੈਂਬਰ ਜਿਹੜੇ ਆ ਵੋਟਾਂ ਪਾ ਰਹੇ ਆ, ਜਿਹਨੂੰ ਫਤਵਾ ਦੇਣਗੇ ਉਹ ਸੇਵਾ ਕਰੂਗਾ। ਪਰ ਤੁਸੀਂ ਵੀ ਪਿਛਲੀ ਵਾਰੀ ਵੀ ਰਹੇ ਹੋ ਪ੍ਰੈਜ਼ੀਡੈਂਟ, ਪਿਛਲੀ ਵਾਰ ਤਾਂ ਹੁਣ ਇਸ ਇਲੈਕਸ਼ਨ 'ਤੇ ਕੀ ਕਿਹਾ ਜਾ ਸਕਦਾ ਵਾ?